ਪਲੱਸ 2 ਵਾਲੇ ਸਟੂਡੈਂਟ ਆਪਣੇ ਐਗਜ਼ਾਮ ਦੇ ਚੁੱਕੇ ਆ ਅਤੇ ਸਟੱਡੀ ਵੀਜ਼ਾ ਦੇ ਲਈ ਲੈਂਗੁਏਜ ਟੈਸਟ ਦੀ ਤਿਆਰੀ ਕਰਦੇ ਪਏ ਆ। ਅਗਰ ਤਾਂ ਤੁਸੀਂ ਕੈਨੇਡਾ ਸਟੱਡੀ ਵੀਜ਼ਾ 'ਤੇ ਜਾਣਾ ਚਾਹੁੰਦੇ ਹੋ, ਇਹ ਵੀਡੀਓ ਤੁਹਾਡੇ ਲਈ ਹੋ ਸਕਦੀ ਹੈ। ਪਿਛਲੇ  3 ਮਹੀਨਿਆਂ ਤੋਂ ਕੋਈ ਨਾ ਕੋਈ ਅਪਡੇਟ ਕੈਨੇਡਾ ਸਟੱਡੀ ਵੀਜ਼ਾ ਨੂੰ ਲੈ ਕੇ ਆ ਰਹੀ ਆ। ਹਾਲਾਂਕਿ ਇਹ ਸਾਰੀਆਂ ਅਪਡੇਟ ਸਟੂਡੈਂਟ ਦੇ ਫਾਇਦੇ ਦੇ ਵਿੱਚ ਆ, ਫਿਊਚਰ ਦੇ ਵਿੱਚ ਇਸਦਾ ਬੈਨੀਫਿਟ ਇੰਟਰਨੈਸ਼ਨਲ ਸਟੂਡੈਂਟ ਨੂੰ ਹੀ ਆਉਣਾ, ਬਟ ਕਈ ਵਾਰ ਉਸਨੂੰ ਸਮਝਣ ਪ੍ਰੋਪਰ ਸਮਝ ਨਹੀਂ ਪਾਉਂਦੇ ਜਾਂ ਸੋਸ਼ਲ ਮੀਡੀਆ 'ਤੇ ਉਸਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਤਾਂ ਸਟੂਡੈਂਟ ਜਾਂ ਉਹਦੇ ਪੇਰੈਂਟਸ ਇਸਨੂੰ ਲੈ ਕੇ ਚਿੰਤਾ ਦੇ ਵਿੱਚ ਹੋ ਜਾਂਦੀ ਆ। ਸੋ ਅਗਰ ਤੁਸੀਂ ਆਪਣੇ ਬੱਚੇ ਨੂੰ ਕੈਨੇਡਾ ਸਟੱਡੀ ਵੀਜ਼ਾ 'ਤੇ ਭੇਜਣਾ ਚਾਹੁੰਦੇ ਹੋ, ਫਾਈਨੈਂਸ਼ਲੀ ਤੁਸੀਂ ਕੈਪੇਬਲ ਹੋ, ਕੋਈ ਪ੍ਰੋਬਲਮ ਨਹੀਂ ਆ, ਤਾਂ ਜਿੰਨਾ ਹੋ ਸਕਦਾ ਉਸਨੂੰ ਬੈਚਲਰ ਡਿਗਰੀ ਦੇ ਵਿੱਚ ਐਡਮਿਸ਼ਨ ਦਿਵਾਓ। 3 ਕਾਰਨ ਇਸ ਦੇ ਪਿੱਛੇ ਨੇ। ਸਭ ਤੋਂ ਪਹਿਲਾ ਕਾਰਨ, ਅਗਰ ਤਾਂ ਤੁਸੀਂ ਇੱਕ ਕੁਆਲਿਟੀ ਆਫ ਜੋਬ ਕੈਨੇਡਾ ਦੇ ਵਿੱਚ ਚਾਹੁੰਦੇ ਹੋ ਤਾਂ ਬੈਚਲਰ ਡਿਗਰੀ ਹੀ ਤੁਹਾਡੇ ਲਈ ਇੱਕ ਬੈਸਟ ਆਪਸ਼ਨ ਆ, ਕਿਉਂਕਿ ਜ਼ਿਆਦਾਤਰ ਡਿਪਲੋਮਾ ਪ੍ਰੋਗਰਾਮ ਸਿਰਫ PR ਦਾ ਪਾਥਵੇ ਨੇ। ਡਿਪਲੋਮਾ ਪ੍ਰੋਗਰਾਮ 'ਤੇ ਬੱਚਾ 1 ਈਅਰ ਜਾਂ 2 ਈਅਰ ਦੀ ਸਟੱਡੀ ਕਰਦਾ, ਉਸ ਤੋਂ ਬਾਅਦ 1 ਈਅਰ ਜਾਂ 3 ਈਅਰ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਦਾ ਅਤੇ ਵਰਕ ਪਰਮਿਟ 'ਤੇ ਫੁੱਲ ਟਾਈਮ ਐਕਸਪੀਰੀਅੰਸ ਦੇ ਨਾਲ ਉਹ ਆਪਣੀ PR ਅਪਲਾਈ ਕਰਦਾ। ਤਾਂ ਜ਼ਿਆਦਾਤਰ ਪ੍ਰੋਗਰਾਮ ਦੇ ਵਿੱਚ ਇਹ ਸਿਰਫ ਇੱਕ PR ਦਾ ਪਾਥਵੇ ਆ, ਸੇਮ ਫੀਲਡ ਦੇ ਵਿੱਚ ਜੋਬ ਬੱਚਿਆਂ ਨੂੰ ਨਹੀਂ ਮਿਲਦੀ। ਸਾਰੇ ਨਹੀਂ ਕਹਿ ਸਕਦੇ, ਕਈ ਡਿਪਲੋਮਾ ਪ੍ਰੋਗਰਾਮ ਵੀ ਬਹੁਤ ਅੱਛੇ ਹੁੰਦੇ ਆ, ਬਟ ਡਿਪਲੋਮਾ ਦੀ ਜਗ੍ਹਾ 'ਤੇ ਅਗਰ ਤੁਹਾਡਾ ਬੱਚਾ ਬੈਚਲਰ ਡਿਗਰੀ ਕਰਦਾ ਤਾਂ ਕਿਤੇ ਨਾ ਕਿਤੇ ਉਸਨੂੰ ਇੱਕ ਕੁਆਲਿਟੀ ਵਾਲੀ ਜੋਬ ਮਿਲੂਗੀ, ਆਪਣੀ ਫੀਲਡ ਦੇ ਵਿੱਚ ਜੋਬ ਮਿਲੂਗੀ। ਜ਼ਰੂਰੀ ਨਹੀਂ ਆ ਹਰ ਇੱਕ ਸਟੂਡੈਂਟ ਕੈਨੇਡਾ 'ਚ ਟੈਕਸੀ, ਟਰੱਕ ਜਾਂ ਮੈਕਡੋਨਲਡ 'ਤੇ ਹੀ ਜੋਬ ਕਰੇ। ਬਹੁਤ ਸਾਰੀਆਂ ਚੰਗੀਆਂ ਜੋਬਸ, ਬਹੁਤ ਸਾਰੇ ਚੰਗੇ ਬਿਜ਼ਨਸ ਬੈਚਲਰ ਡਿਗਰੀ ਵਾਲੇ ਬੱਚਿਆਂ ਦੇ ਲਈ ਅੱਜ ਵੀ ਕੈਨੇਡਾ ਦੇ ਵਿੱਚ ਹੈਗੇ ਆ। ਦੂਸਰਾ ਸਭ ਤੋਂ ਵੱਡਾ ਬੈਨੀਫਿਟ ਜਿਹੜਾ ਉਹ ਈਜ਼ੀ PR ਦਾ, ਕਿਉਂਕਿ ਟੈਂਪਰੇਰੀ ਰੈਜੀਡੈਂਸ ਦੀ ਪਾਪੂਲੇਸ਼ਨ ਕੈਨੇਡਾ ਦੇ ਵਿੱਚ ਜ਼ਿਆਦਾ ਹੋ ਚੁੱਕੀ ਹੈ। ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ PR ਨੂੰ ਲੈ ਕੇ ਪ੍ਰੋਬਲਮ ਜਿਹੜੀਆਂ ਸਟੂਡੈਂਟ ਫੇਸ ਕਰਨ। ਸੋ ਉੱਥੇ ਹੀ ਅਗਰ ਬੱਚਾ ਬੈਚਲਰ ਡਿਗਰੀ ਦੇ ਵਿੱਚ ਐਡਮਿਸ਼ਨ ਲੈਂਦਾ ਤਾਂ ਬਹੁਤ ਸਾਰੇ ਪ੍ਰੋਵਿੰਸ ਦੇ PR ਪ੍ਰੋਗਰਾਮ ਦੇ ਵਿੱਚ ਡਾਇਰੈਕਟ ਪ੍ਰਾਇਓਰਿਟੀ ਉਸ ਬੱਚੇ ਨੂੰ ਦਿੱਤੀ ਜਾਂਦੀ ਹੈ। ਫੋਰ ਐਗਜ਼ਾਮਪਲ ਮੈਨੀਟੋਬਾ, ਅਲਬਰਟਾ, ਸਸਕੈਚਵਿਨ, ਇਹਨਾਂ 3 ਪ੍ਰੋਵਿੰਸ ਦੇ ਵਿੱਚ ਅਗਰ ਕੋਈ ਸਟੂਡੈਂਟ ਬੈਚਲਰ ਡਿਗਰੀ ਕਰਦਾ ਤਾਂ ਡਿਗਰੀ ਕੰਪਲੀਟ ਕਰਨ ਤੋਂ ਬਾਅਦ ਡਾਇਰੈਕਟ ਆਪਣੀ ਐਲੀਜੀਬਿਲਿਟੀ PR ਪ੍ਰੋਗਰਾਮ ਦੇ ਲਈ ਬਣਾ ਸਕਦਾ, ਈਵਨ ਕਿ ਫੁੱਲ ਟਾਈਮ ਕੈਨੇਡੀਅਨ ਐਕਸਪੀਰੀਅੰਸ ਦੀ ਵੀ ਉਸਨੂੰ ਜ਼ਰੂਰਤ ਨਹੀਂ ਹੈ। ਸੋ ਕਿਤੇ ਨਾ ਕਿਤੇ ਡਿਪਲੋਮਾ ਦੀ ਜਗ੍ਹਾ ਦੇ ਉੱਪਰ ਅਗਰ ਬੈਚਲਰ ਡਿਗਰੀ ਬੱਚਾ ਕਰਦਾ ਤਾਂ PR ਵੀ ਉਸਦੀ ਈਜ਼ੀ ਰਹਿੰਦੀ ਹੈ। ਇਸ ਤੋਂ ਇਲਾਵਾ ਤੀਸਰੀ ਆਪਸ਼ਨ ਅਗਰ ਦੇਖੀਏ, ਕੈਨੇਡਾ ਤੋਂ ਇਲਾਵਾ ਅਗਰ ਤੁਸੀਂ ਆਪਣੇ ਬੱਚੇ ਨੂੰ UK ਜਾਂ ਆਸਟ੍ਰੇਲੀਆ 'ਚ ਭੇਜੋਗੇ, ਉੱਥੇ ਵੀ ਬੈਚਲਰ ਡਿਗਰੀ ਹੀ ਤੁਹਾਨੂੰ ਲੈ ਕੇ ਦੇਣੀ ਪਊਗੀ ਅਤੇ ਫੀਸਿਸ ਵੀ ਆਲਮੋਸਟ ਸੇਮ ਹੀ ਹੈ। ਕੈਨੇਡਾ ਐਂਡ UK ਦੇ ਵਿੱਚ ਬੈਚਲਰ ਡਿਗਰੀ ਕਰਨ ਤੋਂ ਬਾਅਦ ਵੀ PR ਤੁਹਾਡੇ ਬੱਚੇ ਦੇ ਲਈ ਬਹੁਤ ਮੁਸ਼ਕਲ ਹੈ, ਕਿਉਂਕਿ ਬਹੁਤ ਜਿਹੜੀਆਂ ਕੰਪਲੀਕੇਸ਼ਨ PR ਨੂੰ ਲੈ ਕੇ, UK ਦੇ ਵਿੱਚ ਤਾਂ ਚਾਂਸਸ ਬਹੁਤ ਹੀ ਘੱਟ ਹੈ, ਆਸਟ੍ਰੇਲੀਆ ਦੇ ਵਿੱਚ ਕਾਫੀ ਕੁਛ ਧਿਆਨ ਦੇ ਵਿੱਚ ਰੱਖ ਕੇ ਹੀ PR ਹਾਸਲ ਕਰ ਸਕਦੇ ਹਾਂ। ਸੋ ਉੱਥੇ ਹੀ ਸੇਮ ਖਰਚੇ 'ਤੇ ਅਗਰ ਕੈਨੇਡਾ ਦੇ ਵਿੱਚ ਤੁਸੀਂ ਬੈਚਲਰ ਡਿਗਰੀ ਅਪਲਾਈ ਕਰਵਾਓਗੇ ਤਾਂ ਕਿਤੇ ਨਾ ਕਿਤੇ UK ਅਤੇ ਆਸਟ੍ਰੇਲੀਆ ਦੇ ਮੁਕਾਬਲੇ PR ਪਾਥਵੇ ਵੀ ਬਹੁਤ ਈਜ਼ੀ ਰਹੂਗਾ ਅਤੇ ਜੋਬਸ ਵੀ ਬਹੁਤ ਵਧੀਆ ਹੋਣਗੀਆਂ, ਕਿਉਂਕਿ ਕੈਨੇਡਾ ਦੇ ਵਿੱਚ ਆਪਾਂ ਬੈਚਲਰ ਡਿਗਰੀ ਦੇ ਵਿੱਚ ਬੱਚਿਆਂ ਨੂੰ ਨਹੀਂ ਭੇਜਦੇ, ਡਿਪਲੋਮਾ ਪ੍ਰੋਗਰਾਮ ਲੈ ਕੇ ਦਿੰਦੇ ਹਾਂ ਅਤੇ ਦੈਨ ਉਸ ਤੋਂ ਬਾਅਦ ਆਪਾਂ ਕੰਪੈਰੀਜ਼ਨ ਆਸਟ੍ਰੇਲੀਆ ਦੇ ਨਾਲ ਕਰਦੇ ਹਾਂ। ਇਹ ਕਰਨਾ ਕਿਤੇ ਨਾ ਕਿਤੇ ਗਲਤ ਹੁੰਦਾ।